ਪਿਛਲੇ ਦਿਨੀ ਮਿਲੀ ਬੇਨਾਮ ਪ੍ਰਵਾਸੀ ਵਿਅਕਤੀ ਦੀ ਲਾਸ਼ ਤੋਂ ਪਰਦਾ ਉਸ ਵਕਤ ਉੱਠਿਆ ਜਦ ਥਾਣਾ ਡੇਲੋ ਪੁਲਿਸ ਵੱਲੋਂ ਲਾਸ਼ ਦੀ ਪਹਿਚਾਣ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਮੁਤਾਬਕ ਮ੍ਰਿਤਕ ਦੇ ਬੇਟੇ ਗੌਤਮ ਪਾਸਵਾਨ ਅਤੇ ਭਤੀਜੇ ਅਵਧ ਕਿਸ਼ੋਰ ਨੇ ਉਸ ਦੀਆਂ ਫੋਟੋਆਂ ਅਤੇ ਕੱਪੜੇ ਵੇਖੇ। ਮਾਮਲਾ ਇਸ ਤਰ੍ਹਾਂ ਸੀ ਕਿ 1 ਅਕਤੂਬਰ 2019 ਨੂੰ ਥਾਣਾ ਡੇਲੋ ਨੂੰ ਇਤਲਾਹ ਮਿਲੀ ਕਿ ਗਿੱਲ ਬਾਈਪਾਸ ਨਜ਼ਦੀਕ ਖੇਤਾਂ ਵਿੱਚ ਇੱਕ ਲਾਸ਼ ਪਈ ਹੈ। ਬੇਨਾਮ ਹੋਣ ਕਰਕੇ ਪੁਲਿਸ ਨੇ ਲਾਸ਼ ਨੂੰ ਜਿੱਥੇ 72 ਘੰਟੇ ਪਹਿਚਾਣ ਲਈ ਰੱਖਿਆ ਉੱਥੇ ਇਸ਼ਤਿਹਾਰ ਵੀ ਜਾਰੀ ਕਰਵਾਇਆ। ਮ੍ਰਿਤਕ ਦੀ ਪਹਿਚਾਣ ਹੋਣ ਦੇ ਨਾਲ ਨਾਲ ਪੁਲਿਸ ਵੱਲੋਂ ਦੋਸ਼ੀ ਦੀ ਭਾਲ ਵੀ ਜਾਰੀ ਰੱਖੀ ਗਈ ਜਿਸ 'ਤੇ ਆਖਰ ਨੂੰ ਸਫਲਤਾ ਹੱਥ ਲੱਗ ਹੀ ਗਈ। ਦੋਸ਼ੀ ਗੇਨ ਮੁਹੰਮਦ ਅੰਸਾਰੀ ਮ੍ਰਿਤਕ ਲਖਵਿੰਦਰ ਪਾਸਵਾਨ ਦਾ ਦੋਸਤ ਹੀ ਸੀ ਜਿਸ ਨੇ ਉਸ ਦੀ ਇੱਕ ਵੱਡੇ ਰੁਮਾਲ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਏਡੀਸੀ ਜਸਕਰਨ ਸਿੰਘ, ਏਸੀਪੀ ਜਸ਼ਨਦੀਪ ਸਿੰਘ, ਮਨਜੀਤ ਕੌਰ, ਐਸਐਚਓ ਡੇਲੋ ਮੁਤਾਬਕ ਦੋਸ਼ੀ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇੱਕ ਸਾਡੇ ਕੋਲ 1/10/2019 ਨੂੰ ਡੇਲੋ ਬਾਈਪਾਸ ਤੋਂ ਇੱਕ ਅਨਆਡੈਂਟੀਫਾਈਡ ਡੈਡ ਬੋਡੀ ਜਿਹੜੀ ਸਾਨੂੰ ਮਿਲੀ ਸੀ ਜਿਹਦੀ ਪਹਿਚਾਣ ਨਾ ਹੋਣ ਕਾਰਨ ਉਹਦਾ ਜਿਹੜਾ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਸੀ ਜਿਹੜਾ ਉਹਦੇ ਸਰੀਰ 'ਤੇ ਕੋਈ ਐਜਾ ਜ਼ਖਮ ਜਾਂ ਕੋਈ ਐਜੀ ਚੀਜ਼ ਨਹੀਂ ਸੀ। ਦੌਰਾਨੇ ਇਨਵੈਸਟੀਗੇਸ਼ਨ ਇਹਦਾ ਜਿਹੜਾ ਪੋਸਟਮਾਰਟਮ ਕਰਾਇਆ ਗਿਆ, ਪੋਸਟਮਾਰਟਮ ਤੋਂ ਜਿਹੜਾ ਇਹਦਾ ਡਾਕਟਰਾਂ ਦੀ ਰਿਪੋਰਟ ਦੇ ਮੁਤਾਬਿਕ ਜਿਹੜਾ ਓਪੀਨੀਅਨ ਸੀ ਜਿਹੜਾ ਗਲ ਘੁੱਟ ਕੇ ਜਿਹੜਾ ਮਰਡਰ ਕੀਤਾ ਗਿਆ ਤਾਂ ਫਿਰ ਉਹਦੇ ਵਿੱਚ ਇਹਦਾ ਜਿਹੜਾ ਮੁਕੱਦਮਾ 302/234 IPC ਥਾਣਾ ਡੇਲੋ ਦਰਜ ਕੀਤਾ ਗਿਆ ਸੀ। ਉਸ ਮੁਕੱਦਮੇ ਦੀ ਡਿਊਰਿੰਗ ਇਨਵੈਸਟੀਗੇਸ਼ਨ SHO ਸਬ ਇੰਸਪੈਕਟਰ ਮਨਜੀਤ ਕੌਰ, DSP ਜਸ਼ਨਦੀਪ ਗਿੱਲ ਇਹਨਾਂ ਨੇ ਫਿਰ ਇਹਦੀ ਤਫਤੀਸ਼ ਸ਼ੁਰੂ ਕੀਤੀ। ਜਿਹੜੀ ਦੌਰਾਨੇ ਤਫਤੀਸ਼ ਇਹਨਾਂ ਨੇ ਹਰ ਐਂਗਲ ਤੋਂ ਜਿਹੜਾ ਉਹਨੂੰ ਖੰਗਾਲਣਾ ਸ਼ੁਰੂ ਕੀਤਾ। ਫਸਟ ਆਫ ਆਲ ਇਹਦੀ ਬੋਡੀ ਦੀ ਆਈਡੈਂਟੀਫਿਕੇਸ਼ਨ ਕਰਾਈ ਜਿਹਦੇ ਵਿੱਚ ਇਹਦਾ ਗਨੀ ਮੁਹੰਮਦ ਜਿਹੜਾ ਇਹਦਾ ਨਾਮ ਆਈਡੈਂਟੀਫਿਕੇਸ਼ਨ ਹੋਈ। ਇਹ ਪਿੱਛੋਂ ਬਿਹਾਰ ਦਾ ਰਹਿਣ ਵਾਲਾ ਜਿਹੜਾ ਇੱਥੇ 6 ਨੰਬਰ ਦੇ ਏਰੀਏ 'ਚ ਰਹਿੰਦਾ ਸੀ। ਫਿਰ ਉਹ ਤੋਂ ਬਾਅਦ ਉਹ ਸਾਰੀ ਗੱਲ ਨੂੰ ਬੜੀ ਡੀਪਲੀ ਥੋਰਲੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਕੁਛ ਬੰਦਿਆਂ ਨੂੰ ਸ਼ਾਮਿਲ ਪੜਤਾਲ ਗਿਆ ਜਿਨ੍ਹਾਂ 'ਚੋਂ ਇੱਕ ਜਿਹੜਾ ਗਨੀ ਮੁਹੰਮਦ ਜਿਹੜਾ ਅਕਿਊਜ਼ਡ ਹੈ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਦੀ ਥੋਰਲੀ ਜਿਹੜੀ ਆ ਪੁੱਛਗਿੱਛ ਕੀਤੀ ਗਈ ਜਿਹਦੇ ਵਿੱਚ ਫਿਰ ਉਹਨੇ ਆਪਣੇ ਇਸ ਗੱਲ ਦਾ ਕਨਫੈਸ਼ਨ ਕੀਤਾ ਵੀ ਮੇਰੇ ਤੋਂ ਜਿਹੜਾ ਇਹਦਾ ਮਰਡਰ ਹੋਇਆ। ਤਾਂ ਇਹਨੇ ਜਿਹੜਾ ਇਹਦਾ ਉਸ ਗਿੱਲ ਬਾਈਪਾਸ ਚੌਂਕ ਕਿਉਂਕਿ ਇਹਦਾ ਇੱਕ ਦੋਸਤ ਸੀ ਅਤੇ ਇਹਨੇ ਉਹਦਾ ਮਰਡਰ ਕਰਕੇ ਜਿਹੜਾ ਡੈੱਡ ਬੋਡੀ ਉੱਥੇ ਸੁੱਟੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੇ ਨਾਲ RS ਖਾਲਸਾ ਦੀ ਰਿਪੋਰਟ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।